ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰ ਤੋਂ ਲੈ ਕੇ ਚੋਣਾਂ ਦੇ ਰੁਝਾਨ ਚੱਲੇ ਹੋਏ ਨੇ ਔਰ ਚੋਣਾਂ ਦੇ ਰੁਝਾਨਾਂ ਤੋਂ ਜੋ ਕੁਛ ਨਿਕਲ ਕੇ ਸਥਿਤੀ ਸਪਸ਼ਟ ਹੋ ਰਹੀ ਹੈ, ਕਲੀਅਰ ਹੋ ਰਿਹਾ ਹੈ, ਉਹ ਬਹੁਤ ਕੁਛ ਸਾਹਮਣੇ ਆ ਰਿਹਾ। ਜਿਸ ਤਰੀਕੇ ਦੇ ਨਾਲ ਲਗਾਤਾਰ ਬੀਜੇਪੀ ਨੇ ਆਪਣੀ ਤਾਕਤ ਨੂੰ ਵਰਤ ਕੇ, ਆਪਦੀ ਹੈਂਕੜਬਾਜ਼ੀ ਨੂੰ, ਆਪਦੇ ਅਹੰਕਾਰ ਨੂੰ ਵਰਤਦਿਆਂ ਲੋਕਾਂ ਦੀ, ਲੋਕਤੰਤਰ ਦੀ, ਲੋਕਾਂ ਦੀ ਆਵਾਜ਼ ਸੁਣਨ ਤੋਂ ਬਿਲਕੁਲ ਜਵਾਬ ਦੇ ਰੱਖਿਆ ਸੀ। ਕਿਉਂਕਿ ਪਿਛਲੇ ਅੰਦੋਲਨ ਤੋਂ ਲੈ ਕੇ ਪੂਰਾ ਦੇਸ਼ ਦੇ ਲੋਕ ਇਸ ਗੱਲ ਦੀ ਦੁਹਾਈ ਪਿੱਟ ਰਹੇ ਸੀ ਕਿ ਅਜੇ ਮਿਸ਼ਰਾ ਟੈਣੀ ਸਾਡੇ ਕਿਸਾਨਾਂ ਦਾ ਕਾਤਲ ਹੈ ਔਰ ਇਹਨੂੰ ਇਹਦੇ ਗ੍ਰਹਿ ਰਾਜ ਮੰਤਰੀ ਦੇ ਪਦ ਤੋਂ ਬਰਖਾਸਤ ਕਰਕੇ ਇਹਦੀ ਜਗ੍ਹਾ ਜੇਲ੍ਹ ਚ ਬੰਦੇ ਨੂੰ ਜੇਲ੍ਹ ਚ ਭੇਜੂ। ਲੇਕਿਨ ਹੋਇਆ ਕਿ ਬੀਜੇਪੀ ਨੂੰ ਅਹੰਕਾਰ ਸੀ ਕਿ 303 ਸਾਡੀਆਂ ਸੀਟਾਂ ਨੇ, ਅਸੀਂ ਤਾਂ ਬਹੁਮਤ ਤੋਂ ਗਾਹਾਂ ਟੱਪੇ ਹੋਏ ਹਾਂ, ਸਾਨੂੰ ਕੌਣ ਰੋਕ ਲੇਗਾ, ਕੌਣ ਛੇੜ ਲੇਗਾ। ਲੇਕਿਨ ਇਸ ਵਾਰੀ ਉਸ ਹੰਕਾਰ ਨੇ, ਉਸ ਹੰਕਾਰ ਨੂੰ ਲੋਕਾਂ ਨੇ, ਜਦੋਂ ਲੋਕਾਂ ਦੀ ਕਚਹਿਰੀ ਆਈ ਤੇ ਲੋਕਾਂ ਦਾ ਸਮਾਂ ਆਇਆ, ਉਸ ਵੇਲੇ ਆ ਅੰਦੋਲਨ ਸ਼ੁਰੂ ਹੋਇਆ ਉਹਨਾਂ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ। ਔਰ ਜਦੋਂ ਇਨਸਾਫ ਦਿਵਾਉਣ ਦੇ ਲਈ ਅੰਦੋਲਨ ਸ਼ੁਰੂ ਹੋਇਆ ਕਿ ਲਖੀਮਪੁਰ ਖੀਰੀ ਦੇ ਸਾਡੇ ਜ਼ਖਮੀ ਕਿਸਾਨਾਂ ਨੂੰ ਜਿਹੜੀ ਬਣਦੀ ਆ ਸਰਕਾਰ ਜੀ ਨੇ ਜੋ ਵਾਇਦਾ ਕੀਤਾ ਪੂਰਾ ਕਰੇ ਔਰ ਜਿਹੜੇ ਸਾਡੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨਾਲ ਕੀਤਾ ਵਾਇਦਾ ਉਹ ਪੂਰਾ ਕਰੇ ਤੇ ਨਾਲ ਦੀ ਨਾਲ ਅਜੇ ਮਿਸ਼ਰਾ ਟੈਣੀ ਨੂੰ ਜੇਲ੍ਹ ਭੇਜਣ ਦੀ ਵਿਵਸਥਾ ਬਣਾਵੇ ਸਰਕਾਰ। ਲੇਕਿਨ ਸਰਕਾਰ ਨੇ ਇਹ ਆਵਾਜ਼ ਚੁੱਕਣ ਵਾਲੇ ਲੋਕਾਂ ਦਾ, ਜਿਹੜੇ ਆਵਾਜ਼ ਲੈ ਕੇ ਤੁਰੇ ਸਰਕਾਰ ਦੀ ਹਉਮੈ ਨੂੰ, ਜਿਨ੍ਹਾਂ ਲੋਕਾਂ ਨੇ ਵੰਗਾਰਿਆ ਤੇ ਤੁਰੇ ਉਹਨਾਂ ਲੋਕਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਇਕੱਲੇ ਨਹੀਂ ਚੱਲੇ, ਸਿੱਧੀਆਂ ਗੋਲੀਆਂ ਮਾਰੀਆਂ ਗਈਆਂ। 333 ਕਿਸਾਨ, ਸੋਰੀ 433 ਕਿਸਾਨ ਸਾਡੇ ਜ਼ਖਮੀ ਕੀਤੇ, ਇੱਕ ਨੌਜਵਾਨ ਸ਼ਹੀਦ ਹੋਇਆ, ਪੰਜਾਂ ਦੀ ਅੱਖਾਂ ਦੀ ਰੋਸ਼ਨੀ ਗਈ ਔਰ ਉਹਦੀ ਜੇਕਰ ਉਹ ਸਾਰੀ ਵੀਡੀਓ ਤੁਸੀਂ ਦੇਖੋ, ਜਿਸ ਦਿਨ ਇੱਥੇ ਖਨੌਰੀ ਬਾਰਡਰ ਦੇ ਉੱਤੇ ਟਰੈਕਟਰ ਭੰਨੇ ਜਾ ਰਹੇ ਸੀਗੇ ਬੀਜੇਪੀ ਆਰਐਸਐਸ ਦੇ ਗੁੰਡਿਆਂ ਵੱਲੋਂ ਤੇ ਜਿਸ ਤਰੀਕੇ ਦੇ ਨਾਲ ਉਹ ਐਕਸ਼ਨ ਕਰ ਰਹੇ ਸੀ ਉਹਦੇ ਤੋਂ ਸਭ ਕੁਝ ਦਿਸ ਰਿਹਾ ਸੀ ਕਿ ਇਹ ਅਹੰਕਾਰ ਹੈ, ਅਹੰਕਾਰ ਬੋਲਦਾ ਹੈ। ਲੇਕਿਨ ਉਸ ਅਹੰਕਾਰ ਨੂੰ ਅੱਜ ਲੋਕਾਂ ਨੇ ਉਹਨੂੰ ਪਛਾੜਿਆ, ਉਹਨੂੰ ਜਵਾਬ ਦਿੱਤਾ, ਠੋਕਵਾਂ ਜਵਾਬ ਦਿੱਤਾ ਕਿ ਜਿਹੜੀ ਬੀਜੇਪੀ ਜਿਸ ਅਹੰਕਾਰ ਸੀ ਕਿ 303 ਸੀਟਾਂ ਮੇਰੀਆਂ ਇਕੱਲੇ ਦੀਆਂ, ਇਕੱਲੀ ਬੀਜੇਪੀ ਦੀਆਂ, ਸਾਨੂੰ ਕਿਸੇ ਦੀ ਪਰਵਾਹ ਨਹੀਂ, ਉਸ ਬੀਜੇਪੀ ਨੂੰ ਲੋਕਾਂ ਨੇ ਪਿੱਛੇ ਹਟਾ ਕੇ ਬਹੁਮਤ ਤੋਂ ਬਹੁਤ ਦੂਰ ਲਿਜਾ ਕੇ ਖੜੀ ਕਰਤਾ। ਅੱਜ ਉਹ ਬੀਜੇਪੀ ਲਗਭਗ 238, 239, 235, 240, 235 ਅੱਜ ਇੱਥੇ ਬੋਲ ਰਹੀ ਹੈ। ਇਹਦਾ ਮਤਲਬ ਕੀ ਨਿਕਲਦਾ ਹੈ ਕਿ ਇਸ ਅੰਦੋਲਨ ਦਾ ਪ੍ਰਭਾਵ ਲੋਕਾਂ ਦੇ ਉੱਤੇ ਕੀਤੀ ਹੋਈ ਬਰਬਰਤਾ ਦੇ ਨਾਲ, ਜਿਸ ਤਰੀਕੇ ਦੇ ਨਾਲ ਲੋਕਾਂ ਤੇ ਗੋਲੀਆਂ ਚਲਾਈਆਂ, ਗੋਲੇ ਚਲਾਏ, ਲੋਕਾਂ ਨੂੰ ਜ਼ਖਮੀ ਕੀਤਾ, ਲੋਕਾਂ ਦਾ ਨੌਜਵਾਨਾਂ ਨੂੰ ਸ਼ਹੀਦ ਕੀਤਾ ਔਰ ਬਿਨਾਂ ਕਸੂਰ ਤੋਂ ਸਾਡੇ ਬੱਚੇ ਫੜ ਕੇ ਥਾਣੇ 'ਚ, ਜੇਲ੍ਹਾਂ 'ਚ ਬੰਦ ਕੀਤੇ, ਉਹ ਡਿਕਟੇਟਰਸ਼ਿਪ ਦੀ ਅੱਜ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ। ਦੇਖਿਆ ਪਿਛਲੀ ਵਾਰੀ ਹਰਿਆਣੇ 'ਚੋਂ ਦੱਸਦੀਆਂ 10 ਸੀਟਾਂ ਸੀ, ਹੁਣ ਰਿਜ਼ਲਟ ਆਉਂਦਾ ਆ ਰਿਹਾ, ਜਿਹੜਾ ਰੁਝਾਨ ਦੱਸਦਾ ਉਹ ਇੱਥੋਂ 6 ਸੀਟਾਂ ਬੀਜੇਪੀ ਗੁਆਉਂਦੀ ਨਜ਼ਰ ਆ ਰਹੀ ਹੈ। ਰਾਜਸਥਾਨ ਦੇ ਵਿੱਚ ਜਿੱਥੇ ਬੀਜੇਪੀ ਸੀ ਉਥੋਂ ਵੀ ਲਗਭਗ ਅੱਧੀਆਂ ਸੀਟਾਂ ਗੁਆਉਂਦੀ ਨਜ਼ਰ ਆਈ ਹੈ।
ਔਰ ਇੰਨਾ ਹੀ ਨਹੀਂ, ਯੂਪੀ ਘਰ ਸੀ, ਯੂਪੀ ਗੜ੍ਹ ਸੀ, ਯੂਪੀ ਦੇ ਵਿੱਚ ਆਪਦੀ ਮਰਜ਼ੀ ਕਰਨ ਵਾਲੀ ਗੱਲ ਸੀ ਇਹਨਾਂ ਦੀ, ਲੇਕਿਨ ਉੱਥੋਂ ਵੀ ਲਗਭਗ 40 ਦੇ ਕਰੀਬ ਸੀਟਾਂ ਉੱਥੋਂ ਵੀ ਇਹਨਾਂ ਦੇ ਹੱਥੋਂ ਗਈਆਂ। ਲੋਕ ਆਪਦਾ ਜਿੱਥੇ ਸਰਕਾਰਾਂ ਤੋਂ ਇਨਸਾਫ਼ ਨਾ ਮਿਲੇ ਤਾਂ ਲੋਕ ਫਿਰ ਇਹਨਾਂ ਸਮਿਆਂ ਦੇ ਉੱਤੇ ਆ ਕੇ ਇਨਸਾਫ਼ ਲੈਂਦੇ ਨੇ। ਲੇਕਿਨ ਇਹ ਜ਼ਰੂਰ ਹੈ ਕਿ ਅੰਦੋਲਨ ਦੇ ਉੱਤੇ ਟੇਕ ਰੱਖਣ ਵਾਲੇ ਲੋਕ ਅੱਗੇ ਵਧਦੇ ਜਾ ਰਹੇ ਨੇ ਔਰ ਉਹਦਾ ਰਿਜ਼ਲਟ ਆ ਜਿਹੜਾ ਆ ਅਸੀਂ ਦੇਖਣ ਨੂੰ ਮਿਲ ਰਿਹਾ। ਅਜੇ ਮਿਸ਼ਰਾ ਟੈਣੀ ਨੂੰ ਲੋਕਾਂ ਨੇ ਸਜ਼ਾ ਦਿੱਤੀ ਹੈ, ਲੇਕਿਨ ਬੀਜੇਪੀ ਨੇ ਜਾਂ ਇਹਨਾਂ ਦੀ ਸਰਕਾਰ ਨੇ ਇਹ ਸਦਾ ਦੇ ਵਿੱਚ ਹੁੰਦਿਆਂ ਉਹਦੇ ਤੇ ਛਾਂ ਬਣਾ ਕੇ ਰੱਖਣ ਦੀ, ਉਹਦੇ ਤੇ ਛਤਰੀ ਬਣਾ ਕੇ ਰੱਖਣ ਦੀ ਕੋਈ ਕਸਰ ਨਹੀਂ ਛੱਡੀ। ਔਰ ਮੈਂ ਧੰਨਵਾਦੀ ਹਾਂ ਲੋਕਾਂ ਦਾ ਜਿਨ੍ਹਾਂ ਨੇ ਉਸ ਕਾਤਲ ਨੂੰ ਸਜ਼ਾ ਦੇਣ ਦਾ ਕੰਮ ਕੀਤਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।